ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜ਼ਾਮ ਸਟੱਡੀ ਵੀਦ ਜੋਬ ਅਲਰਟ ਤੇ ਤਾਂ ਅੱਜ ਦਾ ਸੈਕੰਡ ਟੌਪਿਕ ਹੈ ਜਿਹੜਾ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਪ੍ਰਾਚੀਨ ਪੰਜਾਬ ਦਾ ਇਤਿਹਾਸ ਇਹਦੇ ਨਾਲ ਸੰਬੰਧਿਤ ਜਿੰਨੇ ਵੀ ਪ੍ਰਸ਼ਨ ਬਣਦੇ ਆ ਉਹ ਤੁਹਾਨੂੰ ਪ੍ਰੋਵਾਈਡ ਕਰਾਂਗੇ ਸੋ ਇੱਕੋ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਕੁਐਸਚਨ ਜਿਹੜੇ ਦੇ ਵਿੱਚ ਪ੍ਰੋਵਾਈਡ ਹੋ ਜਾਣਗੇ ਸੋ ਇਸ ਤੋਂ ਪਹਿਲਾਂ ਚਾਰ ਭਾਗ ਤੁਹਾਨੂੰ ਪ੍ਰੋਵਾਈਡ ਕਰ ਦਿੱਤੇ ਹੈ ਪੰਜਾਬ ਦੀ ਜੀਓਗ੍ਰਾਫੀ ਪੰਜਾਬ ਦੇ ਭੂਗੋਲ ਨਾਲ ਸੰਬੰਧਿਤ ਜਿੰਨੇ ਪ੍ਰਸ਼ਨ ਉੱਤਰ ਜਿਹੜੇ ਬਣਦੇ ਸੀ ਤਾਂ ਸੈਕਿੰਡ ਟਾਪਿਕ ਹੈ ਚੈਨਲ ਤੇ ਪਹਿਲੀ ਵਾਰ ਆਇਆ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਜੋ ਘੰਟੀ ਹੈ ਵਾਲ ਤੇ ਪ੍ਰੈਸ ਜਰੂਰ ਕਰ ਲਿਓ ਤਾਂ ਜੋ ਸਾਰੀ ਸਿਰਕ ਲਾਸ ਦੀ ਅਪਡੇਟ ਜਿਹੜੀ ਤੁਹਾਨੂੰ ਮਿਲਦੀ ਰਹੀ ਤਾਂ ਸਟਾਰਟ ਕਰਦੇ ਹਾਂ ਜੀ ਤਾਂ ਇਹਦੇ ਵਿੱਚ ਆਪਣਾ ਪਹਿਲਾ ਪ੍ਰਸ਼ਨ ਬਣਦਾ ਹੈ ਪ੍ਰਾਚੀਨ ਪੰਜਾਬ ਸਮੇਂ ਪੰਜਾਬ ਨੂੰ ਜਿਹੜਾ ਕਿਸ ਨਾਮ ਨਾਲ ਜਾਣਿਆ ਜਾਂਦਾ ਸੀਗਾ ਤਾਂ ਇਹ ਜਾਣਿਆ ਜਾਂਦਾ ਸੀ ਸਫਤ ਸਿੰਧੂ ਦੇ ਨਾਲ ਸਭ ਤੋਂ ਯਾਨੀ ਕਿ ਸੱਤ ਦਰਿਆਵਾਂ ਦੀ ਧਰਤੀ ਇਸ ਕਰਕੇ ਪੰਜਾਬ ਨੂੰ ਸੱਤ ਸਿੰਧੂ ਜਿਹੜਾ ਕਿਹਾ ਜਾਂਦਾ ਸੀ ਪੰਜਾਬ ਦਾ ਬੰਦਾ ਹੈ ਪੰਜ ਦਰਿਆਵਾਂ ਵਿੱਚ ਧਰਤੀ ਪਹਿਲਾਂ ਸੱਤ ਸੀਗੇ ਅਗਲਾ ਕੁਐਸਚਨ ਹੈ ਜੁਨਾਨੀਆਂ ਨੇ ਪੰਜਾਬ ਨੂੰ ਜਿਹੜਾ ਕੀ ਨਾਮ ਦਿੱਤਾ ਸੀਗਾ ਤਾਂ ਇਹ ਨਾਮ ਦਿੱਤਾ ਸੀਗਾ ਜੀ ਪੈਟਾ ਪੋਟਾਮੀਆ ਸੋ ਦੋਨੋਂ ਕੁਐਸਚਨ ਜੋ ਹੁਣ ਪਿੱਛੇ ਜੇ ਐਗਜ਼ਾਮ ਹੋਇਆ ਤਾਂ ਇਹਨਾਂ ਵਿੱਚ ਆਏ ਨੇ ਅਗਲਾ ਪ੍ਰਸ਼ਨ ਹੈ ਪੰਜਾਬ ਦੇ ਵਿੱਚ ਸਿਕੰਦਰ ਨੇ ਕਿਹੜੇ ਸਾਲ ਦੇ ਵਿੱਚ ਹਮਲਾ ਜਿਹੜਾ ਕੀਤਾ ਸੀ ਤਾਂ ਪੋਰਸ ਨਾਲ ਹਾਈਡ ਆਸਪਾਸ ਦੀ ਲੜਾਈ ਹੋਈ ਸੀ 926 BC ਦੇ ਵਿੱਚ ਪੰਜਾਬ ਦੇ ਵਿੱਚ ਸਿਕੰਦਰ ਨੇ ਜਿਹੜਾ 326 BC ਦੇ ਵਿੱਚ ਹਮਲਾ ਕੀਤਾ ਸੀ ਅਗਲਾ ਪ੍ਰਸ਼ਨ ਹੈ ਮਹਾਂਪਾਰ ਦੇ ਸਮੇਂ ਪੰਜਾਬ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਇਹ ਜਾਣਿਆ ਜਾਂਦਾ ਸੀ ਪੰਚਨੜ ਜਾਂ ਫਿਰ ਪੰਚਨਦ ਤਾਂ ਪੰਜਾਬ ਦੇ ਸਮੇਂ-ਸਮੇਂ ਤੇ ਨਾਮ ਹੈ ਜਿਹੜੇ ਉਹ ਬਦਲਦੇ ਰਹੇ ਐ ਸੋ ਇਹਨਾਂ ਵਿੱਚੋਂ ਕੋਈ ਵੀ ਕੁਐਸਚਨ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ ਇਹ ਵੀ ਪੁੱਛਿਆ ਜਾ ਸਕਦੀ ਪਰਾਚੀਨ ਪੰਜਾਬ ਸਮੇਂ ਪੰਜਾਬ ਦਾ ਕੀ ਨਾਮ ਸੀਗਾ ਜਾਂ ਜੁਨਾਨੀਆਂ ਨੇ ਪੰਜਾਬ ਨੂੰ ਕੀ ਨਾਮ ਦਿੱਤਾ ਸੀ ਜਾਂ ਮਹਾਭਾਰਤ ਦੇ ਸਮੇਂ ਪੰਜਾਬ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਅਲੱਗ-ਅਲੱਗ ਕੁਐਸਚਨ ਐ ਇਹਨਾਂ ਚੋਂ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਵਿਸ਼ਵ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਤਕਸ਼ਿਲਾ ਕਿੱਥੇ ਸਥਿਤ ਹੈ ਇਹਦੇ ਵਿੱਚ ਦੋ ਕੁਐਸਚਨ ਬਣਦੇ ਆ ਵਿਸ਼ਵ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਕਿਹੜੀ ਹੈ ਤਾਂ ਉਹ ਆ ਗਈ ਤਕਸ਼ਿਲਾ ਇਸ ਸਥਿਤਕ ਇੱਥੇ ਹੈ ਤਾਂ ਇਹ ਆ ਜੀ ਰਾਵਲਪਿੰਡੀ ਦੇ ਵਿੱਚ ਤਾਂ ਇੱਕ ਕੁਐਸਚਨ ਜੋ ਛੋਟੀ ਜੀ ਲਾਈਨ ਹੈ ਇਹਦੇ ਵਿੱਚ ਦੋ ਕੁਐਸਚਨ ਬਣਦੇ ਆ ਅਗਲਾ ਪ੍ਰਸ਼ਨ ਹੈ ਇਹ ਵੀ ਇਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਇੰਡਸ ਨਦੀ ਦਾ પ્રાચીਨ ਨਾਮ ਕੀ ਸੀ ਤਾਂ ਇਹ ਸੀਗਾ ਜੀ ਸਿੰਧੂ ਤਾਂ ਇਹਨੂੰ ਉਲਟਾ ਕੇ ਵੀ ਪੁੱਛਿਆ ਜਾ ਸਕਦਾ ਹੈ ਸਿੰਧੂ ਨਦੀ ਦਾ ਹੋਰ ਕੀ ਨਾਮ ਹੈ ਤਾਂ ਇੰਡਸ ਐਕਸਾਈਜ ਇੰਸਪੈਕਟਰ ਦਾ ਇਗਜ਼ਾਮ ਹੋਇਆ ਉਹਦੇ ਵਿੱਚ ਇੱਕ ਕੁਐਸਚਨ ਹੈ ਜਿਹੜਾ ਹੈ ਅਗਲਾ ਪ੍ਰਸ਼ਨ ਹੈ ਵਿਤਸਤਾ ਕਿਸ ਨਦੀ ਦਾ ਪੁਰਾਣਾ ਨਾਮ ਸੀ ਤਾਂ ਇਹ ਸੀਗਾ ਜੀ ਜੇਲਮ ਨਦੀ ਦਾ ਨਦੀਆਂ ਦੇ ਪੰਜਾਬ ਦੇ ਪੁਰਾਣੇ ਨਾਮ ਪੁੱਛੇ ਜਾਂਦੇ ਐ ਇਗਜ਼ਾਮ ਦੇ ਵਿੱਚ ਅਗਲਾ ਪ੍ਰਸ਼ਨ ਹੈ 파ਰੁਸ਼ਨੀ ਕਿਸ ਨਦੀ ਦਾ ਪੁਰਾਣਾ ਨਾਮ ਸੀ ਤਾਂ ਇਹ ਸੀਗਾ ਜੀ ਰਾਵੀ ਦਾ ਜਾਂ ਇਹ ਵੀ ਪੁੱਛ ਲੈਣਾ ਹੈ ਰਾਵੀ ਨਦੀ ਦਾ ਪੁਰਾਣਾ ਨਾਮ ਜਾਂ ਹੋਰ ਨਾਮ ਕੀ ਹੈ 파ਰੁਸ਼ਨੀ ਤਾਂ ਉਲਟਾ ਫਟਾ ਕੇ ਜਰੂਰ ਪੁੱਛਿਆ ਜਾ ਸਕਦਾ ਹੈ ਅਗਲਾ ਪ੍ਰਸ਼ਨ ਹੈ ਮੋਸਟ ਇੰਪੋਰਟੈਂਟ ਹੈ ਸਤਲੁਜ ਪਹਿਲਾਂ ਡੈਸ਼ ਨਾਮ ਨਾਲ ਜਾਣੀ ਜਾਂਦੀ ਸੀ ਤਾਂ ਇਹ ਜਾਣੀ ਜਾਂਦੀ ਸੀ ਜੀ ਸਤੁਦਰੀ ਨਦੀ ਦੇ ਨਾਮ ਨਾਲ ਅਗਲਾ ਪ੍ਰਸ਼ਨ ਹੈ ਕਿਸ ਨਦੀ ਨੂੰ ਪ੍ਰਾਚੀਨ ਸਮੇਂ ਵਿੱਚ ਅਸਕਨੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਇਹ ਜਾਣਿਆ ਜਾਂਦਾ ਸੀ ਚਨਾਬ ਨੂੰ ਚਨਾਬ ਨਦੀ ਨੂੰ ਚਨਾਬ ਨਦੀ ਦਾ ਪੁਰਾਣਾ ਨਾਮ ਅਸਕਨੀ ਹੈ ਅਗਲਾ ਪ੍ਰਸ਼ਨ ਹੈ ਇਹ ਵੀ ਇੰਪੋਰਟੈਂਟ ਹੈ ਹੜੱਪਾ ਕਿਸ ਨਦੀ ਦੇ ਕੰਡੇ ਤੇ ਸਥਿਤ ਸੀ? ਤਾਂ ਇਹ ਸੀਗਾ ਜੀ ਰਾਵੀ ਨਦੀ ਦੇ ਕੰਡੇ ਤੇ। ਅਗਲਾ ਪ੍ਰਸ਼ਨ ਹੈ ਮੋਹਨਜੋਦਾੜੋ ਸਿੰਧੂ ਘਾਟੀ ਸਭਿਆਤਾ ਇੱਕ ਸ਼ਹਿਰ ਹੈ ਅਤੇ ਕਿਸ ਦਰਿਆ ਦੇ ਕੰਡੇ ਤੇ ਸਥਿਤ ਸੀ? ਤਾਂ ਇਹ ਸੀਗਾ ਜੀ ਸਿੰਧੂ ਨਦੀ ਦੇ ਕੰਡੇ ਤੇ। ਜਾਂ ਸਿੰਧੂ ਦਰਿਆ ਦੇ ਕੰਡੇ ਤੇ ਸਥਿਤ ਸੀਗਾ। ਅਗਲਾ ਪ੍ਰਸ਼ਨ ਹੈ ਅਰਥ ਸ਼ਾਸਤਰ ਕਿਸ ਨੇ ਲਿਖਿਆ ਸੀ ਤੁਹਾਨੂੰ ਪਤਾ ਹੋਏਗਾ ਕੁਟਲਿਆ ਨੇ ਪੁਰਾਣਾ ਦੀ ਕੁੱਲ ਗਿਣਤੀ ਕਿੰਨੀ ਹੈ ਤਾਂ ਇਹ ਜੀ 18 ਆਯੁਰਵੈਦਿਕ ਪ੍ਰਣਾਲੀ ਦੀ ਦਵਾਈ ਦਾ ਸੰਸਥਾਪਕ ਕੌਣ ਸੀ ਤਾਂ ਇਹ ਸੀਗਾ ਜੀ ਚਰਕ ਪੁਰਾਣੇ ਸਮੇਂ ਪੰਜਾਬ ਦੇ ਵਿੱਚ ਵਗਦੀਆਂ ਸੱਤ ਨਦੀਆਂ ਦੇ ਨਾਮ ਕਿਹੜੀਆਂ ਸੱਤ ਨਦੀਆਂ ਸੀ ਜੋ ਪੁਰਾਣੇ ਪੰਜਾਬ ਦੇ ਵਿੱਚ ਵਗਦੀਆਂ ਸੀ ਤਾਂ ਇਹ ਸੀ ਜੀ ਸਤਲੁਜ ਸਿੰਧੂ ਬਿਆਸ ਰਾਵੀ ਚਨਾਬ ਜੇਹਲਮ ਅਤੇ ਸਰਸਵਤੀ ਸੱਤ ਨਦੀਆਂ ਸੀ ਇਹ ਪੁਰਾਣੇ ਪੰਜਾਬ ਦੇ ਵਿੱਚ ਵਗਦੀਆਂ ਸੀ ਇਸੇ ਕਰਕੇ ਪੰਜਾਬ ਨੂੰ ਪ੍ਰਾਚੀਨ ਸਮੇਂ ਦੇ ਵਿੱਚ ਸप्त ਸਿੰਧੂ ਆ ਜਿਹੜਾ ਕਿਹਾ ਜਾਂਦਾ ਸੀ ਕਿਉਂਕਿ ਸੱਤ ਨਦੀਆਂ ਵਗਦੀਆਂ ਸੀ ਪੰਜਾਬ ਨੂੰ ਸਿਕੰਦਰ ਦੁਆਰਾ ਜਿੱਤਣ ਤੋਂ ਬਾਅਦ ਕਿਸ ਨੇ ਜਲਦੀ ਹੀ ਦੁਆਰਾ ਜਿਹੜਾ ਜਿੱਤ ਲਿਆ ਸੀ? ਤੋਂ ਪਹਿਲਾਂ ਪੰਜਾਬ ਨੂੰ ਸਿਕੰਦਰ ਨੇ ਜਿੱਤਿਆ ਸੀ। ਤਾਂ ਇਸ ਤੋਂ ਬਾਅਦ ਦੁਆਰਾ ਕਿਸ ਨੇ ਇਸ ਨੂੰ ਜਿਹੜਾ ਜਿੱਤਿਆ ਸੀ? ਤਾਂ ਉਹ ਜਿੱਤਿਆ ਸੀਗਾ ਜੀ ਚੰਦਰ ਗੁਪਤ ਮੋਰੀਆ ਨੇ। ਅਗਲਾ ਕੁਐਸਚਨ ਹੈ ਤ੍ਰਿਗਰਤਾ ਇੱਕ ਪ੍ਰਾਚੀਨ ਰਾਜ ਦਾ ਨਾਮ ਸੀ ਜਿਸ ਦਾ ਪਾਨਨੀ ਦੇ ਕੰਮ ਵਿੱਚ ਜ਼ਿਕਰ ਕੀਤਾ ਗਿਆ ਹੈ। ਗਰਤਾ ਕਿਸ ਸ਼ਹਿਰ ਦਾ ਪੁਰਾਣਾ ਨਾਮ ਸੀ ਤਾਂ ਇਹ ਸੀਗਾ ਜੀ ਜਲੰਧਰ ਸ਼ਹਿਰ ਦਾ ਜਾਂ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਹੈ ਕਿ ਜਲੰਧਰ ਸ਼ਹਿਰ ਦਾ ਪੁਰਾਣਾ ਨਾਮ ਦੱਸੋ ਸੋ ਬਹੁਤ ਘਾਟੇ ਇੱਕ ਤੁਸੀਂ ਕੁਐਸਚਨ ਜਿਹੜਾ ਪੜਿਆ ਹੋਣਾ ਕਮੈਂਟ ਜਰੂਰ ਕਰਿਓ ਪਹਿਲਾਂ ਪੜਿਆ ਜਾਂ ਫਿਰ ਨਹੀਂ ਤਾਂ ਗਰਤਾ ਜਿਹੜਾ ਜਲੰਧਰ ਦਾ ਪੁਰਾਣਾ ਨਾਮ ਸੀਗਾ ਗਰਤਾ ਤੋਂ ਕੀ ਭਾਵ ਸੀ ਤਾਂ ਇਹ ਸੀ ਤਿੰਨ ਨਦੀਆਂ ਦੁਆਰਾ ਸਿੰਧਿਆ ਜਾਣ ਵਾਲਾ ਤਿਰਗਰਤਾ ਇਸ ਕਰਕੇ ਇਸ ਨੂੰ ਉਤਰਗਰਤਾ ਜਿਹੜਾ ਕਿਹਾ ਜਾਂਦਾ ਹੈ ਤੇ ਇਥੇ ਥੋੜਾ ਜਿਹਾ ਫੌਂਟ ਜਿਹੜਾ ਮਿਸ ਹੋਇਆ ਹੈ ਤਾਂ ਤੱਤੇ ਨੂੰ ਸਿਹਰੀ ਪੈਰ ਚਰਾਰਾ ਇਹਦੇ ਅੱਗੋਂ ਕੱਟਿਆ ਗਿਆ ਤਿਰਗਰਤਾ ਤੋਂ ਕੀ ਭਾਵ ਸੀ ਤਿੰਨ ਨਦੀਆਂ ਦੁਆਰਾ ਸਿੰਧਿਆ ਜਾਣ ਵਾਲਾ ਇਸ ਨੂੰ ਉਤਰਗਰਤਾ ਜਿਹੜਾ ਕਿਹਾ ਜਾਂਦਾ ਸੀ ਅੱਗੇ ਤਿਰਗਰਤਾ ਕਿਹੜੀਆਂ ਤਿੰਨ ਨਦੀਆਂ ਦੇ ਦੁਆਰਾ ਸਿੰਧਿਆ ਜਾਂਦਾ ਸੀ ਤਾਂ ਇਹ ਨਦੀਆਂ ਸੀ ਸਤਲੁਜ ਬਿਆਸ ਅਤੇ ਰਾਵੀ ਸਲਿਉਕਸ ਕਿਸਾ ਸ਼ਾਸਕ ਦਾ ਉਤਰਾਧਿਕਾਰੀ ਸੀ ਤਾਂ ਉਹ ਸੀਗਾ ਜੀ ਸਿਕੰਦਰ ਦਾ ਇਹ ਕਵਚਨ ਕਾਫੀ ਵਾਰ ਇਗਜ਼ਾਮ ਚ ਆਇਆ ਪੰਜਾਬ ਦੇ ਵਿੱਚ ਅਸ਼ਟਧਿਆਏ ਨੂੰ ਕਿਸ ਨੇ ਹੈ ਜਿਹੜਾ ਲਿਖਿਆ ਸੀ ਇਹ ਕਵਚਨ ਬੀ ਇੰਪੋਰਟੈਂਟ ਹੈ ਤਾਂ ਇਹ ਲਿਖਿਆ ਸੀਗਾ ਜੀ ਪਾਣਿਨੀ ਨੇ ਬਾਨੀ ਦੇ ਦੁਆਰਾ ਆਸ਼ਟ ਤੇ ਹੈ ਜਿਹੜਾ ਲਿਖਿਆ ਗਿਆ ਸੀਗਾ ਅਗਲਾ ਕੁਐਸਚਨ ਹੈ ਹਾਈਡ ਆਸਪਾਸ ਦੀ ਲੜਾਈ ਕਿੰਨਾਂ ਦੇ ਵਿਚਕਾਰ ਹੋਈ ਸੀ ਤੋਂ ਆਪਾਂ ਉੱਪਰ ਕੁਐਸਚਨ ਕਰਕੇ ਆਏ ਆ ਆਪਾਂ ਸਿਕੰਦਰ ਆਲਾ ਤਾਂ ਸਿਕੰਦਰ ਅਤੇ ਪੋਰਸ ਦੇ ਵਿਚ ਇਹ ਲੜਾਈ ਹੈ ਜਿਹੜੀ ਹੋਈ ਸੀ ਹਾਈਡ ਆਸਪਾਸ ਦੀ ਪੰਜਾਬੀ ਭਾਸ਼ਾ ਨੂੰ ਕਿਸ ਭਾਸ਼ਾ ਦਾ ਉਤਰਾਧਿਕਾਰੀ ਹੈ ਜਿਹੜਾ ਮੰਨਿਆ ਜਾਂਦਾ ਹੈ ਤਾਂ ਇਹ ਮੰਨਿਆ ਜਾਂਦਾ ਜੀ ਪ੍ਰਾਕ੍ਰਿਤ ਅਪਰਪਹ ਭਾਸ਼ਾ ਭਾਸ਼ਾ ਨੂੰ ਤਾਂ ਅਗਲਾ ਕੁਐਸਚਨ ਹੈ ਹਾਈਡਾਸਪਾਸ ਅਤੇ ਵਿਦਸਤਾ ਕਿਸ ਨਦੀ ਦੀ ਹੈ ਜਿਹੜੇ ਪੁਰਾਣੇ ਨਾਮ ਨੇ ਉਪਰ ਪਰ ਹੋਣੀ ਕਰਕੇ ਆਏ ਆ ਤਾਂ ਜਿੰਦਾ ਯਾਦ ਨੇ ਇੱਕ ਮੈਂਟ ਜਰੂਰ ਕਰ ਦਿਓ ਤਾਂ ਇਹ ਨੇ ਜੀ ਜੇਹਲਮ ਨਦੀ ਦੇ ਪੰਜਾਬ ਦੇ ਕਿਸ ਖੇਤਰ ਦੇ ਵਿੱਚ ਅਸ਼ੋਕ ਦੇ ਸਿਲਾਲੇਖ ਆ ਜਿਹੜੇ ਮਿਲਦੇ ਆ ਇੱਕ ਕੁਐਸਚਨ ਕਾਫੀ ਇੰਪੋਰਟੈਂਟ ਹੈ ਤਾਂ ਇਹ ਮਿਲਦੇ ਆ ਜੀ ਤਕਸ਼ਿਲਾ ਦੇ ਵਿੱਚ ਹੜੱप्पा ਸਭਿਆਤਾ ਦੇ ਕਿਸ ਕਾਲ ਦੇ ਨਾਲ ਜਿਹੜੀ ਸਬੰਧਤ ਹੈ ਹੜੱप्पा ਜਿਹੜੀ ਸਭਿਆਤਾ ਇਹ ਕਿਸ ਕਾਲ ਨਾਲ ਸਬੰਧ ਰੱਖਦੀ ਹੈ ਤਾਂ ਇਹ ਰੱਖਦੀ ਹੈ ਜੀ ਪਿੱਤਲ ਯੁੱਗ ਨਾਲ ਅਗਲਾ ਕੁਐਸਚਨ ਹੈ ਸੰਘੋਲ ਜ਼ਿਲ੍ਹਾ ਫਤਿਹਗੜ ਸਾਹਿਬ ਇਸ ਦਾ ਕੀ ਮਹੱਤਵ ਹੈ ਤਾਂ ਇੱਥੇ ਜਿਹੜੇ ਹੜੱਪਾ ਸਭਿਅਤਾ ਦੇ ਕੁਝ ਅੰਸ਼ ਸੀਗੇ ਜਿਹੜੇ ਉਹ ਮਿਲੇ ਸੀ ਤਾਂ ਇਸ ਕਰਕੇ ਸੰਘੋਲ ਦਾ ਜਿਹੜਾ ਹੜੱਪਾ ਸਭਿਅਤਾ ਨਾਲ ਸੰਬੰਧਿਤ ਹੈ ਇੱਕ ਕੇਂਦਰ ਆਪਾਂ ਕਹਿ ਸਕਦੇ ਹਾਂ ਪੰਜਾਬ ਦੀਆਂ ਕੁਝ ਹੋਰ ਸਾਈਟਾਂ ਜਿੱਥੇ ਪੁਰਾਣੇ ਅੰਸ਼ ਮਿਲੇ ਐ ਕਿਹੜੀਆਂ-ਕਿਹੜੀਆਂ ਸੀ ਫਾਈਟਾ ਲਾਲੂ ਜਿਲੀ ਲਾਲੂ ਕੇਂਦਰ ਲਾਲੂ ਸ਼ਹਿਰ ਲਾਲੂ ਰੋਪੜ ਰੋਹਿਰਾ ਜ਼ਿਲ੍ਹਾ ਸੰਗਰੂਰ ਚ ਸੁਨੇਤ ਜ਼ਿਲ੍ਹਾ ਲੁਧਿਆਣਾ ਚ ਇੱਥੇ ੜੱਪਾ ਸੱਭਿਆਤਾ ਨਾਲ ਕੁਝ ਅੰਸ਼ ਸੀ ਜਿਹੜੇ ਮਿਲੇ ਸੀ ਰਮਾਇਣ ਮਹਾਭਾਰਤ ਭਗਵਦ ਗੀਤਾ ਦੀ ਰਚਨਾ ਕਿਸ ਸਮੇਂ ਕੀਤੀ ਗਈ ਸੀ ਤਾਂ ਇਹ ਕੀਤੀ ਗਈ ਸੀ ਜੀ ਆਰੀਅਨ ਯੁੱਗ ਦੇ ਸਮੇਂ ਫਾਰਸੀ ਰਾਜੇ ਦਾ ਨਾਮ ਦੱਸੋ ਜਿਸ ਨੇ 516 ਪੂਰਵ ਈਸਵੀ ਦੇ ਵਿੱਚ ਪੰਜਾਬ ਤੇ ਪੂਰਾ ਕਬਜ਼ਾ ਜਿਹੜਾ ਕਰ ਲਿਆ ਸੀ ਤਾਂ ਇਹ ਸੀਗਾ ਜੀ ਗੁਸਤਾਸਪ ਅਤੇ ਉਸ ਦਾ ਪੁੱਤਰ ਦਾਰੀਅਸ ਪਹਿਲਾ ਜਿਹਨੇ 516 ਪੂਰਵ ਈਸਵੀ ਦੇ ਵਿੱਚ ਪੰਜਾਬ ਤੇ ਪੂਰਾ ਕਬਜ਼ਾ ਜਿਹੜਾ ਕਰ ਲਿਆ ਸੀ ਫਾਰਸੀ ਰਾਜਾ ਸੀ ਇਹ ਅਗਲਾ ਕੁਐਸਚਨ ਹੈ ਮੌਰੀਆ ਦੇ ਅਧੀਨ ਅਜੋਕੇ ਪੰਜਾਬ ਜੋ ਜਾਣੇ ਜਾਂਦੇ ਖੇਤਰ ਨੂੰ ਗੰਧਾਰ ਦੇ ਵੱਡੇ ਪ੍ਰਾਂਤ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਇਹਦੀ ਰਾਜਧਾਨੀ ਕਿਹੜੀ ਸੀ ਪਰ ਇਹਦੀ ਰਾਜਧਾਨੀ ਤਕਸ਼ਲਾ ਸੀ ਜਿਹੜੀ ਹੁਣ ਪਾਕਿਸਤਾਨ ਦੇ ਵਿੱਚ ਹੈ ਪ੍ਰਾਚੀਨ ਪੰਜਾਬ ਵਿੱਚ ਪੜ੍ਹਾਈ ਦਾ ਪ੍ਰਸਿੱਧ ਕੇਂਦਰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਇਹ ਜਾਣਿਆ ਜਾਂਦਾ ਸੀ ਜੀ ਤਕਸ਼ਿਲਾ ਦੇ ਨਾਮ ਨਾਲ ਤਕਸ਼ਿਲਾ ਅੱਜ ਦੇ ਸਮੇਂ ਕਿੱਥੇ ਮੌਜੂਦ ਹੈ ਉਹਨੂੰ ਨੇ ਆਪ ਪੜ੍ਹ ਕੇ ਆਇਆ ਤਈ ਜੀ ਪਾਕਿਸਤਾਨ ਦੇ ਵਿੱਚ ਅਗਲਾ ਪ੍ਰਸ਼ਨ ਹੈ ਵੈਦਿਕ ਕਾਲ ਦੇ ਦੌਰਾਨ ਪੰਜਾਬ ਨੂੰ ਸप्त ਸਿੰਧੂ ਵਜੋਂ ਜਾਣਿਆ ਜਾਂਦਾ ਸੀ ਸप्त ਸਿੰਧੂ ਦਾ ਕੀ ਅਰਥ ਹੈ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਸੀ ਸੱਤ ਦਰਿਆਵਾਂ ਦੀ ਧਰਤੀ ਕਿਹੜੇ ਕਿਹੜੇ ਦਰਿਆ ਸੀ ਉਹ ਵੀ ਆਪਾਂ ਹੁਣੇ-ਉਨੇ ਕੁਐਸਚਨ ਉੱਤੇ ਕਰਕੇ ਆਏ ਹਾਂ ਪੰਜਾਬ ਵਿੱਚ ਸਭ ਤੋਂ ਪਹਿਲਾਂ ਜਾਣਿਆ ਜਾਣ ਵਾਲਾ ਵਿਦੇਸ਼ੀ ਹਮਲਾ ਕਿਸ ਦੁਆਰਾ ਕੀਤਾ ਗਿਆ ਸੀ ਤਾਮੈਕਡੋਨੀਆ ਦੇ ਸਿਕੰਦਰ ਵੱਲੋਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹਮਲਾ ਕੀਤਾ ਸੀਗਾ ਵਿਦੇਸ਼ੀ ਹਮਲਾ ਇੰਪੋਰਟੈਂਟ ਕੁਐਸਚਨ ਹੈ ਅਲੈਗਜ਼ੈਂਡਰ ਨੇ ਕਿਸ ਭਾਰਤੀ ਰਾਜੇ ਨੂੰ ਜਿਹੜਾ ਹਰਾਇਆ ਸੀ ਤਾਂ ਇਹ ਹਰਾਇ ਸੀ ਜੀ ਪੋਰਸ ਨੂੰ ਤਾਂ ਦੋਸਤੋ ਪ੍ਰਾਚੀਨ ਪੰਜਾਬ ਦੇ ਇਤਿਹਾਸ ਨਾਲ ਲਈ 37 ਕੁਐਸਚਨ ਹੈ ਜਿਹੜੇ ਇਸ ਟੌਪਿਕ ਦੇ ਵਿੱਚੋਂ ਬੰਦੇ ਜੋ ਇੰਪੋਰਟੈਂਟ ਨੇ ਅਗਰ ਐਗਜ਼ਾਮ ਇਹਨਾਂ ਰੇਸ ਟੌਪਿਕ ਦੇ ਵਿੱਚੋਂ ਕੁਐਸਚਨ ਪਾਏਗਾ ਤਾਂ ਜੋ ਵੀ ਤੁਹਾਨੂੰ ਕੁਐਸਚਨ ਦੱਸਿਆ ਇਸ ਤੋਂ ਬਾਅਦ ਕੋਈ ਕੁਐਸਚਨ ਨਹੀਂ ਆਏਗਾ ਇਹ ਸਾਰੇ ਕੁਐਸਚਨ ਹੈ ਜਿਹੜੇ ਮੇਨ ਮੇਨ ਨਹੀਂ ਬੰਦੇ ਨੇ ਇਲੀਮੈਂਟਰੀ ਕੁਐਸਚਨ ਐਗਜ਼ਾਮ ਦੇ ਵਿੱਚ ਆਉਂਦੇ ਆ। ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ। ਸੋ ਕੰਟੀਨਿਊਸ ਤੁਹਾਨੂੰ ਕੰਪਲੀਟ ਜੇਕੇ ਦੀ ਵੀਡੀਓਜ਼ ਨੇ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਧੰਨਵਾਦ।